ਪਰਿਪੂਰਨ ਪਰਮਾਤਮਾ ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਧਾਰਨੀ ਹੈ ਔਰ ਅਨੰਤ ਗੁਣ ਉਸ ਤੋਂ ਪ੍ਰਗਟ ਹੁੰਦੇ ਨੇ। ਜਿਹੜਾ ਜਿਹੜਾ ਗੁਣ, ਜਿਹੜੀ ਜਿਹੜੀ ਕਲਾ ਔਰ ਜਿਹੜੀ ਜਿਹੜੀ ਸ਼ਕਤੀ ਦੀ ਝਲਕ ਭਗਤਾਂ ਦੀ ਦ੍ਰਿਸ਼ਟੀ ਵਿਚ ਪਈ, ਭਗਤਾਂ ਨੇ ਉਸੇ ਢੰਗ ਦੇ ਉਸ ਕਲਾ ਉਸ ਸ਼ਕਤੀ ਦੇ ਗੀਤ ਗਾਏ ਨੇ। ਵੇਦਾਂਤ ਆਚਾਰੀਆ ਵਿਆਸ ਦਾ ਤੇ ਕਹਿਣਾ ਹੈ ਕਿ ਜੈਸੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਹੀ ਸ੍ਰਿਸ਼ਟੀ ਹੋ ਜਾਂਦੀ ਹੈ। ਸੰਸਾਰ ਦਰਅਸਲ ਇੱਕ ਰੂਪ ਨਹੀਂ, ਜੈਸੀ ਜੈਸੀ ਮਨੁੱਖ ਦੀਆਂ ਨਜ਼ਰਾਂ ਨੇ ਵੈਸੇ ਵੈਸੇ ਸੰਸਾਰ ਦੇ ਨਜ਼ਾਰੇ ਨੇ। ਜੈਸੀ ਜੈਸੀ ਬੰਦੇ ਦੀ ਦ੍ਰਿਸ਼ਟੀ ਹੈ ਵੈਸੀ ਵੈਸੀ ਸ੍ਰਿਸ਼ਟੀ ਦਾ ਰੂਪ ਹੋ ਜਾਂਦਾ। ਇੱਕ ਖਿੜਿਆ ਹੋਇਆ ਗੁਲਾਬ ਦਾ ਫੁੱਲ, ਉਸ ਨੂੰ ਇੱਕ ਬਿੱਲੀ ਵੇਖ ਰਹੀ ਹੈ, ਉਹਦੇ ਵੇਖਣ ਦਾ ਆਪਣਾ ਢੰਗ ਹੈ। ਪਰ ਉਸੇ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਕੁੱਤਾ ਵੇਖਦਾ ਹੈ ਤਾਂ ਉਹਦੀ ਦ੍ਰਿਸ਼ਟੀ ਆਪਣੀ ਹੈ। ਜੋ ਰੂਪ ਬਿੱਲੀ ਨੂੰ ਦਿਖਾਈ ਦੇ ਰਿਹਾ ਹੈ ਜ਼ਰੂਰੀ ਨਹੀਂ ਕਿ ਉਹੀ ਰੂਪ ਕੁੱਤੇ ਨੂੰ ਦਿਖਾਈ ਦੇ ਰਿਹਾ। ਉਸ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਬੱਕਰੀ ਵੇਖਦੀ ਏ ਤੇ ਕਈ ਦਫ਼ਾ ਉਹ ਮੂੰਹ ਵਿਚ ਪਾਉਣ ਦੀ ਕੋਸ਼ਿਸ਼ ਕਰਦੀ ਏ, ਉਹਨੂੰ ਇੱਕ ਘਾਸ ਹੀ ਦਿਖਾਈ ਦਿੰਦਾ ਹੈ, ਹੋਰ ਕੁਛ ਨਹੀਂ। ਉਸੇ ਫੁੱਲ ਨੂੰ ਇੱਕ ਸੱਪ ਵੇਖਦਾ ਹੈ, ਇੱਕ ਆਮ ਸਾਧਾਰਨ ਮਨੁੱਖ ਵੇਖਦਾ ਹੈ, ਉਹ ਕਿਸੇ ਹੋਰ ਢੰਗ ਨਾਲ ਵੇਖਦਾ ਹੈ। ਪਰ ਉਸੇ ਫੁੱਲ ਨੂੰ ਜਦ ਇੱਕ ਕਵੀ ਵੇਖਦਾ ਹੈ, ਸ਼ਾਇਰ ਵੇਖਦਾ ਹੈ, ਉਹ ਫੁੱਲ ਦੀ ਸੁੰਦਰਤਾ ਕੋਮਲਤਾ ਦੇ ਬਹੁਤ ਗਹਿਰੇ ਤਲ ਵਿਚ ਖੋ ਜਾਂਦਾ ਹੈ ਔਰ ਕਵੀ ਦੇ ਅੰਦਰੋਂ ਅਗੰਮੀ ਗੀਤ ਫੁੱਟ ਪੈਂਦਾ ਹੈ। ਫੁੱਲ ਤੇ ਉਹੀ ਹੈ ਪਰ ਵੇਖਣ ਵੇਖਣ ਦੀ ਦ੍ਰਿਸ਼ਟੀ ਵੱਖ ਹੋਣ ਕਰਕੇ ਫੁੱਲ ਦਾ ਰੂਪ ਵੀ ਵੱਖ ਹੋ ਜਾਂਦਾ ਹੈ। ਤੋ ਜਿਤਨੀਆਂ ਦ੍ਰਿਸ਼ਟੀਆਂ ਨੇ ਉਤਨੀਆਂ ਹੀ ਸ੍ਰਿਸ਼ਟੀਆਂ ਨੇ, ਜਿਤਨੀਆਂ ਨਜ਼ਰਾਂ ਨੇ ਉਤਨੇ ਹੀ ਨਜ਼ਾਰੇ ਨੇ। ਜੇ ਸ੍ਰਿਸ਼ਟੀ ਦੇ ਅਨੇਕਾਂ ਰੂਪ ਹੋ ਸਕਦੇ ਨੇ ਤੋ ਤੱਕਣੀ ਵੱਖ ਵੱਖ ਹੋਣ ਦੇ ਨਾਤੇ ਪਰਮਾਤਮਾ ਦੇ ਵੀ ਵੱਖ ਵੱਖ ਰੂਪ ਭਗਤਾਂ ਦੇ ਸਾਹਮਣੇ ਆਏ ਤੇ ਭਗਤਾਂ ਨੇ ਪਰਮਾਤਮਾ ਦੇ ਵੱਖ ਵੱਖ ਰੂਪਾਂ ਦੀ ਚਰਚਾ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਇਹ ਕਥਨੀਆਂ ਇਤਨੀਆਂ ਨੇ ਵੱਖ ਵੱਖ ਰੂਪਾਂ ਦੇ ਜਿਨ੍ਹਾਂ ਨੂੰ ਪੂਰਨ ਰੂਪ ਵਿਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ, ਲੇਕਿਨ ਹੇ ਈਸ਼ਵਰ ਤੇਰੀ ਕਥਾ ਅਜੇ ਮੁੱਕੀ ਨਹੀਂ, ਖਤਮ ਨਹੀਂ ਹੋਈ। ਕਥਾ ਕਰਨ ਵਾਲਾ ਤੇ ਖਤਮ ਹੋ ਜਾਂਦਾ ਹੈ ਲੇਕਿਨ ਤੇਰੀ ਗੱਲ ਮੁੱਕਦੀ ਨਹੀਂ, ਤੇਰੀ ਕਥਾ ਮੁੱਕਦੀ ਨਹੀਂ, ਕਿਉਂਕਿ ਤੂੰ ਅਨੰਤ ਗੁਣਾ ਅਨੰਤ ਕਲਾ ਤੇ ਅਨੰਤ ਸ਼ਕਤੀਆਂ ਦਾ ਮਾਲਕ ਹੈ। ਪਰਿਪੂਰਨ ਪਰਮਾਤਮਾ ਦੀ ਜਿਹੜੀ ਜਿਹੜੀ ਸ਼ਕਤੀ, ਜਿਹੜੀ ਜਿਹੜੀ ਕਲਾ ਔਰ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਹੈ, ਭਗਤਾਂ ਨੇ ਉਸ ਦਾ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਪਜੀ ਸਾਹਿਬ ਦੀ ਉਚਾਰਨ ਕੀਤੀ ਇਸ ਪੌੜੀ ਵਿਚ ਉਨ੍ਹਾਂ ਕੁਛ ਇਕ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜੇ ਕਿਸੇ ਕੋਲ ਸਮਝਣ ਦਾ ਤਾਣ ਹੈ, ਕਥਨ ਕਰਨ ਦਾ ਤਾਣ ਹੈ,
ਤਾਂ ਉਹ ਕਹਿ ਰਿਹਾ ਹੈ ਪਰਮਾਤਮਾ ਤੂੰ ਇੱਕ ਤਾਣ ਹੈ ਤੂੰ ਇੱਕ ਸ਼ਕਤੀ ਹੈ ਪਰ ਇਹ ਸ਼ਕਤੀ ਕਿਤਨੀ ਹੈ ਕੇਤਾ ਤਾਣ ਸਵਾਲਿਓ ਰੂਪ ਸਾਹਿਬ ਕਹਿੰਦੇ ਨੇ ਇਹ ਸ਼ਕਤੀ ਕਿਤਨੀ ਹੈ ਅੰਦਾਜ਼ੇ ਤੋਂ ਪਰੇ ਕਿਸ ਦੇ ਕੋਲ ਇਹ ਕੁਵਤ ਹੈ ਕਿਸ ਦੇ ਕੋਲ ਇਹ ਸ਼ਕਤੀ ਹੈ ਕਿ ਉਸ ਸ਼ਕਤੀ ਨੂੰ ਨਾਪ ਸਕੇ ਤੋਲ ਸਕੇ ਗਿਣ ਸਕੇ ਕਿਉਂਕਿ ਬੰਦੇ ਕੋਲ ਪੈਮਾਨੇ ਤਿੰਨ ਨੇ ਕੁਛ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਤੋਲ ਕੇ ਅੰਦਾਜ਼ਾ ਲਾ ਲੈਂਦਾ ਹੈ ਇਤਨੀ ਹੈ ਕੁਛ ਐਸਾ ਹੈ ਜਿਸ ਨੂੰ ਗਿਣਨਾ ਪੈਂਦਾ ਹੈ ਤੇ ਕੁਛ ਐਸਾ ਹੈ ਜਿਸ ਨੂੰ ਨਾਪਣਾ ਪੈਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਪਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿਚ ਨਹੀਂ ਆਉਂਦਾ ਜੋ ਤੇਰੇ ਗੁਣ ਨੇ ਉਹ ਗਿਣਤੀ ਵਿਚ ਨਹੀਂ ਆਉਂਦੇ ਅੰਤ ਨਾ ਸਿਫਤੀ ਕਹਿਣ ਨਾ ਔਰ ਜਿਤਨਾ ਕਿ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ ਅਤੁਲ ਕਿਉਂ ਤੋਲਿਆ ਜਾਏ ਤੂੰ ਜਿਹੜਾ ਤੋਲਿਆ ਨਾ ਜਾ ਸਕੇ ਗਿਣਿਆ ਨਾ ਜਾ ਸਕੇ ਨਾਪਿਆ ਨਾ ਜਾ ਸਕੇ ਉਹ ਅਸੀਮ ਹੈ ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿਚ ਆ ਜਾਏ ਜੋ ਸਾਡੇ ਨਾਪ ਵਿਚ ਆ ਜਾਏ ਜੋ ਸਾਡੀ ਗਿਣਤੀ ਵਿਚ ਆ ਜਾਏ ਉਹ ਸਾਡੀ ਪਕੜ ਵਿਚ ਆ ਗਿਆ ਉਹ ਸਾਡੇ ਕੋਲ ਹੈ ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ ਜਿਸ ਨੂੰ ਅਸੀਂ ਤੋਲ ਲਿਆ ਜਿਸ ਨੂੰ ਅਸੀਂ ਨਾਪ ਲਿਆ ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ ਨਾ ਤੋਲਿਆ ਗਿਆ ਔਰ ਨਾ ਹੀ ਉਹਦੀ ਗਿਣਤੀ ਹੋ ਸਕੀ ਸਾਹਿਬਾਂ ਦਾ ਫਰਮਾਨ ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ ਸਮਝਣ ਦੀ ਸ਼ਕਤੀ ਹੈ ਬੌਧਕ ਬਲ ਹੈ ਉਹ ਕਹਿ ਰਿਹਾ ਹੈ ਹੇ ਪਰਮਾਤਮਾ ਤੂੰ ਤੇ ਇੱਕ ਤਾਣ ਹੈ ਤੂੰ ਤੇ ਇੱਕ ਸ਼ਕਤੀ ਹੈ ਪਰਮ ਸ਼ਕਤੀ ਪਰ ਕਿੰਨੀ ਕੁ ਸ਼ਕਤੀ ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਸਾਹਿਬ ਕਹਿੰਦੇ ਅਸੀਮ ਹੈ ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ ਸਿਰਮੌਰ ਰਹੀਆਂ ਨੇ ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀਆਂ ਸਾਡੇ ਦੇਸ਼ ਵਿਚ ਸਨਾਤਨ ਮਤ ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ ਜਾਂ ਸ਼ੰਕਰ ਦੀ ਜਾਂ ਬ੍ਰਹਮੇ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸੰਸਾਰ ਦੇ ਸਾਹਮਣੇ ਰੱਖਿਆ ਹੈ ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ ਗਾਵੇ ਕੋ ਦਾਤ ਜਾਣੇ ਨਿਸਾਨ ਸ਼੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ ਜੋ ਕੁਛ ਸਾਡੇ ਕੋਲ ਹੈ ਇਹ ਸਾਨੂੰ ਦਾਨ ਵਿਚ ਮਿਲਿਆ ਇਹ ਤਨ ਦਾਨ ਵਿਚ ਮਿਲਿਆ ਇਹ ਮਨ ਦਾਨ ਵਿਚ ਮਿਲਿਆ ਇਹ ਇੰਦਰੇ ਦਾਨ ਵਿਚ ਮਿਲੇ ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ ਹਰ ਬੰਦੇ ਨੂੰ ਇਹ ਤਨ ਮਾਂ ਬਾਪ ਬੌਧਕ ਬਲ ਇੰਦਰੇ ਕਰਮ ਇੰਦਰੇ ਗਿਆਨ ਇੰਦਰੇ ਸਭ ਦਾਨ ਵਿਚ ਮਿਲੇ ਨੇ ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ ਇਹ ਦਾਨ ਵਿਚ ਮਿਲੀ ਹੈ ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ ਕਿਉਂਕਿ ਤਨ ਹੀ ਨਾ ਹੋਵੇ ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ ਤਨ ਸਾਨੂੰ ਦਾਨ ਵਿਚ ਮਿਲਿਆ ਮਨ ਸਾਨੂੰ ਦਾਨ ਵਿਚ ਮਿਲਿਆ ਤੋ ਵਿਸ਼ਨੂੰ ਦਾ
ਸਾਡੇ ਰੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸ ਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ, ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਦੇ ਵਿਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਮੈਂ ਆਪਣਾ ਤਨ ਤੇਰੇ ਕਦਮਾਂ ਦੇ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ। ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਔਰ ਤੂੰ ਦਿੱਤਾ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ, ਨਾ ਮਨ, ਨਾ ਧਨ। ਵਸੀਲਾ ਹੀ ਪ੍ਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕੰਵਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਜ਼ਿਹਨ ਮੇ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦੇ ਉੱਤੇ ਤਾਜ ਮਹਿਲ ਖੜਾ ਕਰ ਦਿੱਤਾ। ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ ਨੇ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ, ਉਹ ਵੀ ਤਾਮੀਰ ਕਰ ਸਕਦਾ ਹੈ, ਹਰ ਮਨੁੱਖ ਤਾਮੀਰ ਕਰ ਸਕਦਾ ਹੈ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ। ਇਸ ਵਾਸਤੇ ਹਿਰਦਾ ਰਾਮ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦੇ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹ ਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ, ਇਹ ਪ੍ਰਮਾਤਮਾ ਜੇ ਤੂੰ ਕਬੂਲ ਕਰਨਾ ਚਾਹੇ ਮੈਂ ਤੇਰੇ ਕਦਮਾਂ ਵਿਚ ਰੱਖਦੇ ਹਾਂ, ਮੈਂ ਤੇਰੇ ਅੱਗੋਂ ਅਰਪਣ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ, ਦਾਤ ਜੋਤ ਸਭ ਸੂਰਤ ਤੇਰੀ।
ਇਹ ਸ਼ਕਲ ਸੂਰਤ ਹੈ ਪਰਮਾਤਮਾ ਤੇਰੀ ਹੈ। ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ। ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪ੍ਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ। ਸਾਹਿਬ ਕਹਿੰਦੇ ਕੁਛ ਮੇਰਾ ਵੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ। ਅਸੀਂ ਸ਼ਕਲ ਸੂਰਤ ਦੇ ਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪ੍ਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ। ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦੇ ਤੇ ਵੀ ਮੇਰੇ ਦੀ ਮੋਰ ਲਾ ਛੱਡਦਾ। ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਤਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ, ਤੇਰਾ ਲੇਕਿਨ ਮੈਂ ਮੇਰੇ ਦੀ ਮੋਰ ਲਾ ਬੈਠਾ, ਮੈਂ ਆਪਣਾ ਦਾਵਾ ਜਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਥ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਵਿੱਚ ਮਿਲਿਆ, ਦਾਨ ਵਿੱਚ ਮਿਲਿਆ, ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ। ਦਰਅਸਲ ਦਾਤਾਂ ਦੇਣ ਵਾਲਾ ਨਹੀਂ, ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ। ਇਸ ਵਾਸਤੇ ਸਾਡੇ ਦੇਸ਼ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ, ਬੜੀ ਬਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ
ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਨ੍ਹਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਝ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਨੇ, ਇਹ ਕਿੱਥੋਂ ਨੇ, ਇਨ੍ਹਾਂ ਦਾ ਮੂਲ ਕਾਰਨ ਕੀ ਹੈ ਤੇ ਇਨ੍ਹਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵਡਾ ਭਇਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ ਹੈ, ਸੰਸਾਰ ਕਿਵੇਂ ਆਲਮੇ ਵਜੂਦ ਵਿਚ ਆਇਆ, ਇਹਦੀ ਬਣਤਰ ਕੀ ਹੈ, ਔਰ ਇਹ ਕਿੱਥੇ ਤੱਕ ਪਸਰੇ ਹੋਇਆ, ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾਰਜਨ। ਇਹ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦੇ ਉੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ। ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ।
ਕਿਉਂਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ। ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ, ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤਾਂ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ, ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਸ਼ੰਕਰ ਨੇ, ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਸ਼ਿਵ ਜੀ ਦੇ ਗਾਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨ ਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾਹ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ। ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾਹ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਨ੍ਹਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ ਹੈ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ
ਕਿ ਮੌਤ ਹੀ ਮੌਤ ਹੈ ਸੰਸਾਰ ਵਿਚ। ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ, ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ। ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਉਨ੍ਹਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਤੇ ਮਾਰਨੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇਹ ਬੰਦੇ, ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਵਿਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ। ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇਂ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇਂ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇਂ, ਪ੍ਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ
ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ ਤੇ ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿੱਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਕਿਉਂਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿੱਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸ ਵਿਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸ ਵਿਚ ਸੰਸਾਰ ਦੀ ਪਕੜ ਉਸ ਵਿਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸ ਵਿਚ ਨਹੀਂ, ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹ ਤੇ ਕਰਤਾ ਹੈ ਕ੍ਰਿਤ ਨਹੀਂ ਹੈ, ਤੋ ਰਸਨਾ ਵਿਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਵਿਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਅਸ਼ਚਰਜ ਰੂਪ ਹੈ ਤੇ ਜਿਹੜਾ ਉਸਦੇ ਨੇੜੇ ਜਾਂਦਾ ਉਸਦਾ ਅੰਧਕਾਰ ਦੂਰ ਹੋ ਕੇ ਉਸਨੂੰ ਪ੍ਰਕਾਸ਼ ਮਿਲਦਾ, ਉਸਨੂੰ ਚਾਨਣਾ ਮਿਲਦਾ, ਤਾਂ ਸੁਭਾਵਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ 5-7 ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਨ੍ਹਾਂ ਵਿਚੋਂ ਇੱਕ ਨ੍ਰਿਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ, ਬੜਾ ਦੁਖੀ ਹੈ, ਬਹੁਤ ਬੇਚੈਨ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਵਿਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੌਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ, ਜਿਹੜਾ ਨ੍ਰਿਤਕਾਰ ਸੀ ਉਹ ਨ੍ਰਿਤ ਦੀ ਦੁਨੀਆਂ ਵਿਚ ਖੋ ਜਾਂਦਾ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨ੍ਰਿਤ ਕਰ ਰਿਹਾ, ਇਹਦੀ ਸ਼ਾਖਾਂ ਵਿਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨ੍ਰਿਤ ਵੇਖ ਕੇ ਦਰਖਤ ਦਾ ਉਹ ਨ੍ਰਿਤਕਾਰ ਬਿਸਮਾਤ ਦੀ ਦੁਨੀਆਂ ਚ ਖੋ ਜਾਂਦਾ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੌਂਕੇ ਦਰਖਤ ਨਾਲ ਸਪਰਸ਼ ਕਰਦੇ ਨੇ,
ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਹੈ, ਉਹ ਸੰਗੀਤਕਾਰ ਸਰਗਮ ਦੀ ਦੁਨੀਆ 'ਚ ਖੋ ਜਾਂਦਾ, ਸੁਰਾਂ ਦੀ ਦੁਨੀਆ 'ਚ ਖੋ ਜਾਂਦਾ, ਸੰਗੀਤ ਦੀ ਦੁਨੀਆ 'ਚ ਖੋ ਜਾਂਦਾ, ਵਿਸਮਾਦ ਹੋ ਜਾਂਦਾ। ਕਹਿੰਦਾ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ। ਨ੍ਰਿਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਵਿੱਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ, ਉਹ ਦੇਖਦਾ ਹੈ ਦਰਖਤ ਦੀ ਤਰਫ, ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟਿਆ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆ 'ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ। ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ, ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆ 'ਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿੱਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ, ਇਹਦੇ 'ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਵਿੱਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਵਿੱਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ, ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆ 'ਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਇੱਕ ਨੌਜਵਾਨ ਹੈ, ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ। ਕਹਿੰਦਾ ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ। ਸਿਰਫ ਸਾਡੇ ਘਰ ਦੇ 'ਚ ਹੀ ਲੜਾਈ ਨਹੀਂ, ਇੱਥੇ ਦਰਖਤ ਦੇ 'ਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿੱਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ, ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਹੈ, ਕੌਣ ਲੱਗਦਾ, ਕੀ ਲੱਗਦਾ? ਜੈਸੇ ਨਾਲ ਚਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ, ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ
ਸਵਾਲ ਦਾ ਸਹੀ ਮਾਇਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ, ਸੰਬੰਧੀ ਤੇ ਹੈ, ਪਰ ਕੀ ਲੱਗਦਾ ਹੈ? ਪੁੱਤਰ ਲੱਗਦਾ ਹੈ, ਮਿੱਤਰ ਲੱਗਦਾ ਹੈ, ਭਰਾ ਲੱਗਦਾ ਹੈ, ਦੋਸਤ ਲੱਗਦਾ ਹੈ, ਆਇਆ ਕੀ ਲੱਗਦਾ? ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ, ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ? ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ, ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ? ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪਰਮਾਤਮਾ ਨੂੰ ਮਾਂ ਕਰਕੇ ਪੂਜਦਾ, ਮਾਤਾ ਕਰਕੇ ਪੂਜਦਾ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ, ਉਹ ਮਾਂ ਹੈ। ਲਿਹਾਜ਼ਾ ਮਾਤਾ, ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, ਸੁਰਸਤੀ ਦੇਵੀ, ਦੁਰਗਾ ਦੇਵੀ ਇਤਿਆਦਿਕ ਅਨੰਤ ਦੇਵੀਆਂ ਸਾਡੇ ਦੇਸ਼ ਵਿਚ ਇਸ ਭਾਵਨਾ ਕਰਕੇ ਉਜਾਗਰ ਹੋਈਆਂ ਕਿ ਮਨੁੱਖ ਨੇ ਮੰਨਿਆ ਉਹ ਪਰਮਾਤਮਾ ਮਾਤਾ ਹੈ, ਮਾਂ ਹੈ। ਤੋ ਮਾਂ ਜਾਣ ਕੇ ਪੂਜਾ ਸ਼ੁਰੂ ਹੋਈ, ਮਾਂ ਜਾਣ ਕੇ ਪ੍ਰਤਿਸ਼ਠਾ ਸ਼ੁਰੂ ਹੋਈ ਔਰ ਮਾਂ ਜਾਣ ਕੇ ਬੰਦਗੀ, ਪਰਿਕਰਮਾ, ਇਬਾਦਤ ਇਹ ਸਭ ਕੁਝ ਅਰਚਾ ਬੰਧਨ ਚੱਲ ਪਿਆ। ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਂਹ ਚਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਇਸ ਵਾਸਤੇ ਸਭੇ ਮੁਸਲਮਾਨ ਸੂਫੀ ਕਲਾਮ ਨੂੰ ਪਸੰਦ ਨਹੀਂ ਕਰਦੇ। ਮੁਤਸਬੀ ਮੁਸਲਮਾਨਾਂ ਨੇ ਤੇ ਸੂਫੀਆਂ ਨੂੰ ਕਿਸੇ ਹੱਦ ਤੱਕ ਕਤਲ ਵੀ ਕੀਤਾ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਮੁਲਤਾਨ ਦੇ ਮੁਸਲਿਮ ਹੁਕਮਰਾਨ ਨੇ ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਵਾ ਦਿੱਤੀ। ਕਰੀਬਨ ਕਰੀਬਨ ਜਿਤਨੇ ਵੀ ਸੂਫੀ ਪੈਦਾ ਹੋਏ ਮੁਤਸਬੀ ਮੁਸਲਮਾਨਾਂ ਦੇ ਮਾਰ ਦੀ ਸ਼ਿਕਾਰ ਹੁੰਦੇ ਰਹੇ। ਜੈਸੇ ਕਿ ਸਰਮਦ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ, ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਖਿਆਲਾਂ ਦਾ ਮਾਲਕ। ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਹੈ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ। ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ ਘੁੰਮਦੀ ਹੈ। ਥੋੜਾ ਜਿਹਾ ਹੋਰ ਅਗਾਂਹ ਚਲੀਏ, ਕੁਛ ਹੋਰ ਵੀ ਸੰਬੰਧ ਮਿਲਦੇ ਨੇ। ਭਗਤ ਕਬੀਰ ਜੀ ਮਹਾਰਾਜ ਨੇ
ਪਰਿਪੂਰਨ ਪਰਮਾਤਮਾ ਨਾਲ ਜੋ ਸੰਬੰਧ ਜੋੜਿਆ ਉਹ ਹੈ ਇਹ ਕਿ ਮੈਂ ਦਾਸ ਹਾਂ, ਤੂੰ ਮਾਲਿਕ ਹੈ। ਭਗਤ ਲੋਕ ਜਿੰਨੇ ਵੀ ਹੋਏ ਨੇ ਸਾਡੇ ਦੇਸ਼ ਵਿੱਚ, ਕਰੀਬਨ ਕਰੀਬਨ ਉਹ ਆਪਣੇ ਆਪ ਨੂੰ ਦਾਸ ਕਹਿੰਦੇ ਰਹੇ ਨੇ, ਪਰਮਾਤਮਾ ਨੂੰ ਮਾਲਕ ਕਹਿੰਦੇ ਰਹੇ ਨੇ। ਅਸੀਂ ਤੇਰੇ ਜ਼ਰ ਖਰੀਦ ਗੁਲਾਮ ਹਾਂ, ਕਹੋ ਕਬੀਰ ਗੁਲਾਮ ਘਰ ਕਾ ਜੀਵਾਏ ਭਾਵੇਂ ਮਾਰ। ਜਿਤਨੇ ਵੀ ਭਗਤ ਹੋਏ ਨੇ ਸਭ ਆਪਣੇ ਆਪ ਨੂੰ ਗੁਲਾਮ ਆਖਦੇ ਰਹੇ ਨੇ, ਦਾਸ ਆਖਦੇ ਰਹੇ ਨੇ, ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ। ਗਰਜ਼ ਕੇ ਇਨ੍ਹਾਂ ਰਿਸ਼ਤਿਆਂ ਦੇ ਆਲੇ ਦੁਆਲੇ ਪਰਿਪੂਰਨ ਪਰਮਾਤਮਾ ਦਾ ਸੰਬੰਧ ਚੱਲਦਾ ਰਹੇ। ਕੁਛ ਐਸੇ ਵੀ ਭਗਤ ਹੋਏ ਜਿਨ੍ਹਾਂ ਨੇ ਕਹਿ ਦਿੱਤਾ ਤੂੰ ਰਾਜਾ ਹੈ, ਅਸੀਂ ਤੇਰੀ ਪਰਜਾ। ਹੇ ਪਰਮਾਤਮਾ ਤੂੰ ਰਾਜਾ ਹੈ, ਰਾਜਾ ਜਾਣ ਕੇ ਉਸਦੀ ਪੂਜਾ ਹੋਈ ਔਰ ਨਿਸ਼ਕਲੰਕ ਰਾਜਾ ਕਰਕੇ ਆਖਿਆ ਤੂੰ ਨਿਸ਼ਕਲੰਕ ਰਾਜਾ ਹੈ, ਕੋਈ ਕਲੰਕ ਨਹੀਂ, ਤੂੰ ਰਾਜਾ ਹੈ, ਅਸੀਂ ਤੇਰੀ ਰਈਅਤ ਹਾਂ, ਅਸੀਂ ਤੇਰੀ ਪਰਜਾ ਹਾਂ। ਤੂੰ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ ਇਸ ਢੰਗ ਨਾਲ ਜੈਸੇ ਕੋਈ ਪਰਜਾ ਰਾਜਾ ਦੇ ਅੱਗੋਂ ਸਜਦਾ ਕਰ ਰਹੀ ਹੋਵੇ, ਬੰਦਗੀ ਕਰ ਰਹੀ ਹੋਵੇ। ਕੁਛ ਐਸੇ ਵੀ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਰਿਸ਼ਤਾ ਜੋੜਿਆ ਬਈ ਤੂੰ ਗੁਰੂ ਹੈ, ਅਸੀਂ ਤੇਰੇ ਸ਼ਿਸ਼। ਤੂੰ ਗੁਰੂ ਹੈ, ਸਮਗਰ ਸੰਸਾਰ ਨੂੰ ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ, ਅਸੀਂ ਤੇਰੇ ਸ਼ਿਸ਼ ਹਾਂ। ਤੂੰ ਸ਼ਿਸ਼ ਜਾਣ ਕੇ ਤੇ ਉਹਨੂੰ ਗੁਰੂ ਸਮਝ ਕੇ ਇਹ ਸੰਬੰਧ ਜੋੜਿਆ ਗਿਆ ਬੰਦਗੀ ਦੁਆਰਾ, ਪ੍ਰਸ਼ਤਿਸ਼ ਦੁਆਰਾ। ਕੁਛ ਐਸੇ ਵੀ ਨੇ ਜਿਨ੍ਹਾਂ ਨੇ ਸੰਬੰਧ ਜੋੜਿਆ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿੱਤਰਤਾ ਦਾ। ਤੂੰ ਬਈ ਸਾਡਾ ਮਿੱਤਰ ਹੈ, ਤੂੰ ਸਾਡਾ ਦੋਸਤ ਹੈ। ਵੱਖ ਵੱਖ ਰਿਸ਼ਤਿਆਂ ਦੇ ਉੱਤੇ ਸਮੁੱਚੇ ਸੰਸਾਰ ਵਿੱਚ ਵੱਖ ਵੱਖ ਮਜ਼ਹਬ ਤੇ ਸੰਪਰਦਾਵਾਂ ਮੌਜੂਦ ਨੇ। ਜੈਸੇ ਕਿ ਮੈਂ ਅਰਜ਼ ਕਰ ਚੁੱਕਿਆ ਕਿ ਇਸਲਾਮ ਤੇ ਈਸਾਈਅਤ ਦਾ ਰਿਸ਼ਤਾ ਪਿਓ ਪੁੱਤਰ ਦੇ ਰਿਸ਼ਤੇ ਤੇ ਖੜਾ ਹੈ। ਸਨਾਤਨ ਮਤ ਦੇ ਇੱਕ ਧੜੇ ਦਾ ਪਰਮਾਤਮਾ ਨਾਲ ਰਿਸ਼ਤਾ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ। ਸੂਫੀਆਂ ਦਾ ਰਿਸ਼ਤਾ ਮਹਿਬੂਬ ਤੇ ਮਹਿਬੂਬਾ ਦਾ ਰਿਸ਼ਤਾ ਹੈ। ਔਰ ਭਗਤਾਂ ਦਾ ਜੋ ਬਹੁਤ ਤਾਦਾਦ ਦੇ ਸਾਡੇ ਦੇਸ਼ ਵਿਚ ਪੈਦਾ ਹੋਏ, ਦਾਸ ਤੇ ਮਾਲਕ ਦਾ ਰਿਸ਼ਤਾ ਹੈ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ ਹਾਂ, ਅਸੀਂ ਤੇਰੇ ਦਾਸ ਹਾਂ। ਇਨ੍ਹਾਂ ਦੇ ਚੋਂ ਮੀਰਾਂ ਵੀ ਹੈ ਜੋ ਥਾਂ ਥਾਂ ਤੇ ਆਪਣੇ ਆਪ ਨੂੰ ਦਾਸੀ ਕਹਿੰਦੀ ਹੈ, ਗੁਲਾਮ ਕਹਿੰਦੀ ਹੈ। ਤੂੰ ਮਾਲਕ ਹੈ, ਮਾਨੇ ਛਾਕ ਚਾਕਰ ਰਾਖੋ, ਚਾਕਰ ਰਾਖੋ, ਚਾਕਰ ਰਾਖੋ ਜੀ। ਇਹ ਗੀਤ ਮੀਰਾਂ ਦਾ ਬੜਾ ਪ੍ਰਚਲਿਤ ਹੈ। ਇਹ ਪ੍ਰਭੂ ਮੈਨੂੰ ਚਾਕਰ ਰੱਖ ਲੇ, ਗੁਲਾਮ ਰੱਖ ਲੇ, ਦਾਸ ਰੱਖ ਲੇ, ਤੂੰ ਮਾਲਕ ਹੈ, ਮਾਲਕ ਹੈ, ਮੈਂ ਤੇਰੀ ਚਾਕਰ ਹਾਂ। ਵਰਸ ਕੇ ਸਮੁੱਚਾ ਭਗਤੀ ਜੀਵਨ ਦਾਸ ਤੇ ਮਾਲਕ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦਾ। ਕੁਛ ਐਸੇ ਵੀ ਨੇ ਜੋ ਕਹਿੰਦੇ ਤੂੰ ਸਾਡਾ ਮਿੱਤਰ ਹੈ। ਚੀਨ ਦਾ ਪ੍ਰਸਿੱਧ ਸੰਤ ਲਾਓਤਸੇ, ਉਹ ਕਹਿੰਦਾ ਹੇ ਈਸ਼ਵਰ, ਜਿਸ ਧਾਤੂ ਤੋਂ ਤੂੰ ਬਣਿਆ ਉਸੇ ਧਾਤੂ ਤੋਂ ਮੇਰਾ ਜਨਮ ਹੈ। ਫਰਕ ਸਿਰਫ ਇਹ ਹੈ ਤੂੰ ਪਹਿਲੇ ਹੈ, ਅਨਾਦੀ ਹੈ, ਮੈਂ ਬਾਅਦ ਦੇ ਚਾਂ, ਇੱਕੋ ਹੀ ਧਾਤੂ, ਇੱਕੋ ਹੀ ਅੰਸ ਹੋਣ ਕਰਕੇ ਤੂੰ ਮੇਰਾ ਵੱਡਾ ਭਰਾ ਹੈ, ਮੈਂ ਛੋਟਾ। ਤੋ ਭਰਾਤਾ ਦੇ ਰਿਸ਼ਤੇ ਦੇ ਆਲੇ ਦੁਆਲੇ ਲਾਓਤਸੇ ਦੀ ਬੰਦਗੀ ਘੁੰਮਦੀ ਹੈ, ਲਾਓਤਸੇ ਦੀ ਇਬਾਦਤ ਘੁੰਮਦੀ ਹੈ। ਵੱਖ ਵੱਖ ਸੰਸਾਰ ਦੇ ਭਗਤਾਂ ਨੇ, ਸੰਤਾਂ ਨੇ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਾਲ ਵੱਖ ਵੱਖ ਸਥਾਪਨ ਕੀਤੇ ਨੇ।
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰੀਏ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛੀਏ ਕਿ ਉਹ ਅਕਾਲ ਪੁਰਖ ਤੁਹਾਡਾ ਕੀ ਲੱਗਦਾ ਹੈ, ਪਰਮਾਤਮਾ ਦੇ ਨਾਲ ਤੁਸੀਂ ਕਿਹੜਾ ਰਿਸ਼ਤਾ ਸਥਾਪਨ ਕੀਤਾ। ਬਾਣੀ ਪੜ੍ਹਨ ਤੋਂ ਪਤਾ ਚੱਲਦਾ ਇੱਕ ਰਿਸ਼ਤਾ ਗੁਰੂ ਨਾਨਕ ਨੇ ਨਹੀਂ ਮੰਨਿਆ, ਬਲਕਿ ਸਾਰੇ ਹੀ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਿਰੂਪਣ ਕਰ ਦਿੱਤੇ ਨੇ। ਉਹਨਾਂ ਦਾ ਫਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਂ ਤਾਂਬੋ ਕਿਹਾ ਕਾਲਾ ਜੀ। ਵਿਗਿਆਨਕ ਤੱਥ ਵੀ ਸਾਡੇ ਸਾਹਮਣੇ, ਅਗਰ ਕਿਸੇ ਬੱਚੇ ਦੀ ਮਾਂ ਹੋਵੇ ਤੇ ਪਿਓ ਨਾ ਹੋਵੇ ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ, ਪਿਓ ਹੀ ਕੋਈ ਨਹੀਂ ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ, ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ, ਜੀਵਨ ਦੀ ਪਰਵਰਿਸ਼ ਦੇ ਚ ਕਾਫੀ ਖਾਮੀਆਂ ਰਹਿ ਜਾਂਦੀਆਂ ਨੇ। ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ, ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹਿ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਹੋਵੇ ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਣ ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ, ਜਿਹਨੂੰ ਬੰਦਾ ਰਾਜ਼ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ਼ ਹੁੰਦੇ ਨੇ ਵਿਅਕਤੀਗਤ, ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ ਨੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ, ਯਾਰ ਕਿਸ ਮੋਹਨ ਲਾਲ ਪਿਆਰੇ ਕੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੇਂ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ, ਤੇ ਪਿਤਾ ਦੀ ਸੋਚਣੀ ਇਹ ਹੀ ਆਉਂਦੀ ਹੈ, ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ ਹੈ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਹ ਚਲੀਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ,
ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਪੇਟ ਕਰਾਂ। ਮੋਹਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਡ ਕਟਾਰੇ ਜੇਵੜਾ, ਤਿੰਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਿਆ, ਤੇਰੇ ਨਾਮ ਵਿਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭਨ ਪਲੰਗ ਸੋ ਮੁੰਡੇ, ਸਣ ਬਾਈ ਸਣ ਬਾਹਾ, ਏਥੇ ਵੇਸ ਕਰੇਂਦੀਏ ਮੁੰਡੇ, ਸੌਰਾ ਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ, ਨਾ ਸੇ ਵੰਗਣੀਆਂ, ਜੋ ਸਹਿ ਕੰਠ ਨ ਲਗੀਆਂ, ਜਲਨ ਸੇ ਬਾਹੜੀਆਂ। ਇਸ ਸ਼ਬਦ ਵਿੱਚ ਜਿਸ ਰਿਸ਼ਤੇ ਦਾ ਜ਼ਿਕਰ ਹੈ, ਉਹ ਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਅਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਅਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਵਿੱਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ, ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਨਾ ਲੈਣ ਵਾਲੇ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਜੂਠੇ ਕਰਤ ਦਿਵਾਜਾ। ਇਹ ਪਰਿਪੂਰਨ ਪਰਮਾਤਮਾ, ਤੇਰੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਪਿਤਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਾਂ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਿੱਤਰ ਦੋਸਤ ਨਹੀਂ ਹੋ ਸਕਦਾ, ਤੇਰੇ ਸਮਾਨ ਕੋਈ ਹੋਰ ਮਹਾਨ ਮਾਲਕ ਨਹੀਂ ਹੋ ਸਕਦਾ। ਸਾਰੇ ਜਗਤ ਦੇ ਰਿਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਵਿੱਚ ਨਿਰੂਪਣ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿੰਨੇ ਸਾਡੇ ਸੰਬੰਧ ਨੇ, ਇਨ੍ਹਾਂ ਸੰਬੰਧਾਂ ਦੇ ਵਿੱਚੋਂ ਹੀ ਪਰਮਾਤਮਾ ਦੀ ਝਲਕ ਵੇਖਣੀ ਹੈ। ਮਾਂ ਦੇ ਅੰਦਰ ਡੁੱਲ ਰਹੀ ਮਮਤਾ ਨੂੰ ਪਰਮਾਤਮਾ ਦੀ ਦਿੱਤੀ ਹੋਈ ਮਮਤਾ ਸਮਝਣਾ ਹੈ। ਪਿਤਾ ਦਾ ਦਿੱਤਾ ਹੋਇਆ ਪਿਆਰ ਐਸਾ ਸਮਝਣਾ ਹੈ ਕਿ ਪਰਮਾਤਮਾ ਹੀ ਇਹ ਪਿਆਰ ਦੇ ਰਿਹਾ ਹੈ, ਈਸ਼ਵਰ ਹੀ ਇਹ ਪਿਆਰ ਦੇ ਰਿਹਾ। ਮਾਂ ਨੂੰ ਠੁਕਰਾ ਕੇ, ਪਿਤਾ ਦਾ ਦਿਲ ਤੋੜ ਕੇ ਅਗਰ ਕੋਈ ਬੰਦਾ ਤੀਰਥਾਂ ਤੇ ਭਰਮਣ ਕਰੇ, ਦਾਨ ਕਰੇ, ਪੁੰਨ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਆਪ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ। ਇਹ ਜੋ ਮਾਂ ਤੈਨੂੰ ਮਿਲੀ ਹੈ, ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿੱਚ ਤੈਨੂੰ ਮਿਲਿਆ, ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ, ਮਮਤਾ ਕਰਨੀ ਹੈ, ਤੂੰ ਕਿਸ ਰੂਪ ਵਿੱਚ ਕਰੇ? ਉਹ ਮਾਂ ਦੇ ਰੂਪ ਵਿੱਚ ਕਰ ਰਿਹਾ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ, ਤੂੰ ਕਿਸ ਰੂਪ ਵਿੱਚ ਜਤਾਵੇ? ਉਹ ਪਿਤਾ ਦੇ ਰੂਪ ਵਿੱਚ ਜਤਾ ਰਿਹਾ।
ਉਹ ਪਿਤਾ ਦੇ ਰੂਪ ਵਿਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਆਉਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਆਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣੀ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕਿ ਇਨ੍ਹਾਂ ਤਮਾਮ ਰਿਸ਼ਤਿਆਂ ਵਿੱਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿੱਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਘਰ ਨੂੰ ਹੀ ਮੰਦਰ ਬਣਾਉਣਾ, ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਵਿੱਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਵਿੱਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਵਿੱਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਵਿੱਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਵਿੱਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ, ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਵਿੱਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਆਉਂਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦਿਖ ਜਾਣਾ? ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿੱਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿੱਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਵਿੱਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿੱਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਵੀ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸੱਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ,
ਸੰਸਾਰ ਵਿਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕਮ ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ ਨੂੰ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ, ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿਚੋਂ ਇਕ ਨੂੰ ਵੇਖਣਾ ਹੈ, ਔਰ ਉਸੇ ਇਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ, ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ, ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ। ਹੇ ਨਾਰਾਇਣ, ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ, ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਣ, ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ, ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।